ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਮੁਕੇਰੀਆਂ ਹਲਕੇ ਤੋਂ ਉਮੀਦਵਾਰ ਪਰਮਿੰਦਰ ਸਿੰਘ ਖਾਲਸਾ ਜੀ ਨੂੰ ਮਿਲ ਰਿਹਾ ਭਰਪੂਰ ਸਮਰਥਨ। ਵੋਟਰਾਂ ਦਾ ਸਮਰਥਨ ਹਾਸਲ ਕਰਨ ਲਈ ਆਪਣੇ ਕਾਫਲੇ ਦੇ ਨਾਲ ਪਿੰਡ ਪਿੰਡ ਤੱਕ ਕਰ ਰਹੇ ਨੇ ਪਹੁੰਚ। ਪਿੰਡ ਗਾਲੜੀਆਂ ਵਿੱਚ ਉਹਨਾਂ ਨੂੰ ਮਿਲਿਆ ਭਰਪੂਰ ਸਮਰਥਨ। ਕਾਫਲੇ ਦੇ ਨਾਲ ਚੱਲ ਰਹੇ ਆਗੂਆਂ ਨੇ ਸਰਦਾਰ ਸਿਮਰਜੀਤ ਸਿੰਘ ਮਾਨ ਦੇ ਹੌਸਲੇ ਨੂੰ ਸਰਾਇਆ ਅਤੇ ਸਿਮਰਜੀਤ ਸਿੰਘ ਮਾਨ ਦਾ ਮੁੱਖ ਏਜੰਡਾ 2022 ਵਿੱਚ ਇਸ ਵਾਰ ਸਿਮਰਜੀਤ ਸਿੰਘ ਮਾਨ ਦੀ ਸਰਕਾਰ, ਕਿਉਂਕਿ ਚਾਹੁੰਦਾ ਹੈ ਪੰਜਾਬ ਭ੍ਰਿਸ਼ਟਾਚਾਰ ਮੁਕਤ ਸਰਕਾਰ। ਪਰਮਿੰਦਰ ਸਿੰਘ ਖਾਲਸਾ ਜੀ ਦਾ ਮੁੱਖ ਏਜੰਡਾ ਨੌਕਰੀਆਂ 'ਚੋਂ ਪੰਜਾਬ ਵਾਸੀਆਂ ਨੂੰ ਪਹਿਲ, ਘੱਟ ਆਮਦਨੀ ਵਾਲਿਆਂ ਦੇ ਕਰਜ਼ੇ ਜਿਹੜੇ ਆ ਉਹ ਮਾਫ਼ ਕੀਤੇ ਜਾਣਗੇ, ਸਾਰੇ ਧਰਮਾਂ ਦੇ ਪਾਵਨ ਗ੍ਰੰਥਾਂ ਦੀ ਬੇਅਦਬੀ ਖਿਲਾਫ਼ ਸਖ਼ਤ ਕਾਨੂੰਨ ਬਣਾਉਣੇ, ਸਿੱਖਿਆ ਅਤੇ ਸਿਹਤ ਸਹੂਲਤਾਂ ਬਿਲਕੁਲ ਮੁਕਤ ਕੀਤੀਆਂ ਜਾਣਗੀਆਂ, ਸਰਕਾਰੀ ਅਤੇ ਗੈਰ ਸਰਕਾਰੀ ਮੁਲਾਜ਼ਮਾਂ ਨੂੰ ਵਧੀਆ ਸਹੂਲਤਾਂ ਮੁਹੱਈਆ ਕਰਾਉਣੀਆਂ, ਪੰਜਾਬ ਨੂੰ ਭ੍ਰਿਸ਼ਟਾਚਾਰ ਮੁਕਤ ਬਣਾਉਣਾ ਸਿਮਰਜੀਤ ਸਿੰਘ ਮਾਨ ਦਾ ਮੁੱਖ ਏਜੰਡਾ ਹੈ। ਪਰਮਿੰਦਰ ਸਿੰਘ ਖਾਲਸਾ ਅਤੇ ਹੋਰ ਆਗੂਆਂ ਨੇ ਦੱਸਿਆ ਕਿ ਸਿਮਰਜੀਤ ਸਿੰਘ ਬੈਂਸ ਦੇ ਇਸ ਏਜੰਡੇ ਨੂੰ ਬੜੀ ਧੂਮਧਾਮ ਨਾਲ ਹੁੰਗਾਰਾ ਮਿਲ ਰਿਹਾ ਹੈ। ਉਹਨਾਂ ਵਿਸ਼ੇਸ਼ ਤੌਰ 'ਤੇ ਆਖਿਆ ਕਿ ਨਸ਼ੇ ਦਾ ਵਿਚਾਰ ਵਪਾਰ ਕਰਨ ਵਾਲਿਆਂ ਨੂੰ ਲਿਆ ਜਾਵੇਗਾ। ਕਰੜੇ ਹੱਥੀ ਸਭਾ ਨੂੰ ਸੰਬੋਧਨ ਕਰਨ ਲਈ ਸੁਰਿੰਦਰ ਸਿੰਘ, ਬਲਵਿੰਦਰ ਸਿੰਘ, ਬਲਵੀਰ ਸਿੰਘ, ਰਣਜੀਤ ਸਿੰਘ, ਮਾਨ ਸਿੰਘ, ਅਵਤਾਰ ਸਿੰਘ ਵਿਸ਼ੇਸ਼ ਤੌਰ 'ਤੇ ਪਹੁੰਚੇ ਅਤੇ ਮਿਲਿਆ ਭਰਪੂਰ ਸਮਰਥਨ। ਸਾਨੂੰ ਸਾਰੇ ਨਗਰੋਂ ਧੰਨਵਾਦ। ਅਸੀਂ ਕਾਫ਼ੀ ਟਾਈਮ ਤੋਂ ਪਾਰਟੀ ਨਾਲ ਜੁੜੇ ਹਾਂ, ਲੇਕਿਨ ਸਾਡੇ ਬੰਦੇ ਕੀ ਇਹ ਡਰਦੇ ਆ ਵੀ ਕੋਈ ਸਾਨੂੰ ਮਾਰ ਨਾ ਦੇ। ਜੇ ਸਾਨੂੰ ਜਿੱਦ ਸਾਡੀ ਆਈ ਤਾਂ ਅਸੀਂ ਮਰ ਜਾਣਾ, ਠੀਕ ਹੈ, ਮਰਾਂਗੇ ਵੀ ਤਾਂ ਦੋ ਚਾਰ ਲੈ ਕੇ ਮਾਰਾਂਗੇ, ਇੱਦਾਂ ਨਹੀਂ ਮਰਦੇ ਹੈਗੇ। ਬਾਕੀ ਤੁਹਾਨੂੰ ਇੱਕ ਚੀਜ਼ ਦਾ ਇਹ ਪਤਾ ਹੋਣਾ ਚਾਹੀਦਾ, ਜਿਹੜਾ ਗੁਰਵਿੰਦਰ ਸਿੰਘ ਮੁਲਤਾਨੀ ਹੈ ਉਹਨੇ ਵੋਟਾਂ ਤੋੜ ਦੇ ਵਾਸਤੇ ਉਹਨੇ ਆਪਣਾ ਟੀ ਵੀ 'ਤੇ ਆਜ਼ਾਦ ਖੜਾ ਹੋ ਗਿਆ। ਅਸੀਂ ਪਾਰਟੀ ਦੇ ਬੰਦੇ ਸਾਡੇ ਨੇ ਅਸੀਂ ਸਾਰਿਆਂ ਨੂੰ ਜਾਣਦੇ ਹਾਂ, ਜਿੱਦਾਂ ਸਰਕਾਰ ਕੋਈ ਬੰਦਾ ਖੜਾ ਕਰ ਦਿੰਦੀ ਹੈ, ਨਾਲ ਗਨਮੈਨ ਦੇ ਦਿੰਦੀ ਹੈ ਅਤੇ ਨਾਲ ਅਟੈਕ ਦੇ ਦਿੰਦੀ ਉਹਨੂੰ, ਵੀ ਇਹ ਬੰਦੇ ਜਿਹੜੇ ਆ ਇਹ ਮਾਨ ਦੀ ਪਾਰਟੀ ਦੇ ਨੇ। ਸਿਮਰਜੀਤ ਸਿੰਘ ਜੀ ਮਾਨ ਨੇ ਜੋ ਉਹ ਇੱਕ ਬੜੀ ਵੱਡੀ ਜਿਹੜੀ ਅਹੁਦਾ ਹੈ ਸਰਕਾਰ ਦਾ ਉਹ ਉਹਨਾਂ ਨੇ ਛੱਡਿਆ, ਛੱਡ ਕੇ ਕੌਮ ਵਾਸਤੇ ਆਏ ਨੇ, ਉਹ ਕੌਮ ਵਾਸਤੇ ਲੜ ਰਹੇ ਹੋ। ਸਾਰੇ ਬਾਹਰਲੇ ਦੇਸ਼ਾਂ ਵਿੱਚ ਵੀ ਜਿੱਥੇ ਜਾਂਦੇ ਆਪਾਂ ਉਹ ਲੈਟਰ ਦਿੰਦੇ ਆ, ਉਹਨਾਂ ਨੂੰ ਫਿਰ ਸਟੇਅ ਮਿਲਦੀ ਹੈ, ਪੋਲੀਟੀਕਲ ਸਟੇਅ ਦਿੰਦੇ ਨੇ ਉਹ, ਮਾਨ ਦੇ ਲੈਟਰ ਦੇ ਸਹਿਣ ਜਾਂਦੇ ਨੇ ਉੱਥੇ, ਫਿਰ ਉਹ ਪੱਕਾ ਵੀ ਕਰਦੇ ਨੇ। ਅਤੇ ਇੱਥੇ ਅਸੀਂ ਜਾਂਦੇ ਹਾਂ, ਇੱਥੇ ਸਾਨੂੰ ਕੁਛ ਨਹੀਂ ਮਿਲਣਾ ਹੈਗਾ, ਅਸੀਂ ਇੱਥੇ ਡਰਦੇ ਡਰਦੇ ਝੰਡੇ ਲਾਉਂਦੇ ਹਾਂ, ਡਰਦਾ ਡਰਦਾ ਆਪਣਾ ਨਿਸ਼ਾਨ ਲਾਉਂਦੇ ਹਾਂ, ਅਸੀਂ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਠੀਕ ਹੈ, ਗੁਰੂ ਗੋਬਿੰਦ ਸਿੰਘ ਦੇ ਪੁੱਤਰ ਹਾਂ, ਅਤੇ ਡਰਨਾ ਨਹੀਂ। ਕਹਿੰਦੇ ਜੇ ਨਾ ਹੋਤੇ ਗੁਰੂ ਗੋਬਿੰਦ ਸਿੰਘ ਸੁਣਤ ਹੋਤੀ ਸਭਦੀ, ਇੱਥੇ ਅੱਲਾ ਅੱਲਾ ਹੋਣਾ ਸੀ, ਜੇ ਗੁਰੂ ਗੋਬਿੰਦ ਸਿੰਘ ਨਾ ਹੁੰਦੇ ਤਾਂ ਸੁਣਤ ਕਰਨੀ ਸੀ ਸਾਰਿਆਂ ਦੀ, ਅੱਲਾ ਅੱਲਾ ਹੋਣਾ ਸੀ। ਇੱਕ ਗੁਰੂ ਗੋਬਿੰਦ ਸਿੰਘ ਨੇ ਜਿਨ੍ਹਾਂ ਨੇ ਸਾਰਿਆਂ ਦੇ ਨਾਲ ਹੀ ਛੋਟੇ ਤੋਂ ਲੈ ਕੇ ਉੱਪਰ ਤੱਕ ਚੱਕਿਆ, ਅੱਜ ਤੱਕ ਵੀ ਕੌਮਾਂ ਦੇ ਵਿੱਚ ਜਿਹੜੀ ਦੂਰਦਸ਼ਾ ਹੈ, ਤੁਸੀਂ ਜਾ ਕੇ ਪਟਿਆਲੇ ਜਾਓਗੇ ਅੱਜ SC ਨੂੰ ਵੀ ਅਜੇ ਪਿੱਛੇ ਬਿਠਾਉਂਦੇ ਨੇ ਜਾ ਕੇ, ਔਰ ਅਸੀਂ ਇੱਥੇ ਦੇਖਦੇ ਰਹੇ ਹਾਂ ਜਿਹੜੀ ਛੋਟੀਆਂ ਕੌਮਾਂ ਸੀ ਉਹਨਾਂ ਨੂੰ ਦੂਰ ਜਾ ਕੇ ਰੋਟੀ ਦਿੰਦੇ ਸੀ। ਪਰ ਗੁਰੂ ਨਾਨਕ ਨੇ ਇੱਕੋ ਹੀ ਪੰਥ ਚਲਾਇਆ, ਗੁਰੂ ਗੋਬਿੰਦ ਸਿੰਘ ਇੱਕੋ ਹੀ ਪੰਥ ਚੱਲਿਆ, ਅਤੇ ਹੁਣ ਕੀ ਗੁਰੂ ਗ੍ਰੰਥ ਸਾਹਿਬ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਸ਼੍ਰੋਮਣੀ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਉਮੀਦਵਾਰ ਸਰਦਾਰ ਪਰਮਿੰਦਰ ਸਿੰਘ ਜੀ ਖਾਲਸਾ ਜੀ ਦੇ ਹੱਕ ਦੇ ਵਿੱਚ ਪਿੰਡ ਗਾਲੜੀਆਂ ਵਿਖੇ ਇੱਕ ਵੱਡੀ ਜਿਹੜੀ ਆ ਮੀਟਿੰਗ ਹੋਈ ਆ। ਉਸ ਮੀਟਿੰਗ ਦੇ ਵਿੱਚ ਜਿਹੜੀਆਂ ਵਿਚਾਰਾਂ ਹੋਈਆਂ ਆ ਕਿ ਜਿਹੜੀਆਂ ਰਵਾਇਤੀ ਪਾਰਟੀਆਂ ਆ, ਕਾਂਗਰਸ, ਅਕਾਲੀ ਬਸਪਾ ਅਤੇ ਆਮ ਆਦਮੀ ਪਾਰਟੀ, ਇਹਨਾਂ ਦੀ ਜਿਹੜੀ ਸਾਰੀ ਚਾਬੀ ਆ ਉਹ ਦਿੱਲੀ ਤੋਂ ਹਿਲਦੀ ਆ, ਅਤੇ ਕੇਵਲ ਇੱਕੋ ਹੀ ਪਾਰਟੀ ਆ ਸਰਦਾਰ ਸਿਮਰ ਸਿੰਘ ਮਾਨ ਦੀ, ਜਿਹੜੀ ਹੱਕ, ਸੱਚ ਅਤੇ ਇਨਸਾਫ ਲਈ, ਪੰਜਾਬ ਦੇ ਹੱਕਾਂ ਹਿੱਤਾਂ ਲਈ ਲਗਾਤਾਰ
ਦ੍ਰਿੜਤਾ ਨਾਲ ਸੰਘਰਸ਼ ਕਰ ਰਹੀ ਆ ਅਤੇ ਉਹਦੇ ਉਮੀਦਵਾਰਾਂ ਨੂੰ ਪੰਜਾਬ ਦੇ ਵਿੱਚ ਹਰ ਜਗ੍ਹਾ ਪੂਰਾੜਾ ਭਰਪੂਰ ਸਮਰਥਨ ਮਿਲ ਰਿਹਾ। ਮਕੇਰੀਆਂ ਹਲਕੇ ਦੇ ਵਿੱਚ ਵੀ ਅੱਜ ਪਿੰਡ ਗਰੜੀਆਂ ਵਿਖੇ ਵੀ ਪਿੰਡ ਦੀਆਂ ਸੰਗਤਾਂ ਨੇ ਵੱਡੀ ਪੱਧਰ 'ਤੇ ਸਰਦਾਰ ਪਰਮਿੰਦਰ ਸਿੰਘ ਖਾਲਸਾ ਜੀ ਨੂੰ ਜਿਤਾਉਣ ਦਾ ਜਿਹੜਾ ਉਹ ਯਕੀਨ ਦਵਾਇਆ। ਸਾਨੂੰ ਆਸ ਆ ਕਿ ਸਰਦਾਰ ਪਰਮਿੰਦਰ ਸਿੰਘ ਜੀ ਖਾਲਸਾ ਆਪਣੀ ਜਿਹੜੀ ਆ ਉਹ ਜਿੱਤ ਜ਼ਰੂਰ ਪ੍ਰਾਪਤ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਪਿੰਡ ਗਾਲੜੀਆਂ ਵਿਖੇ ਪਰਮਿੰਦਰ ਸਿੰਘ ਖਾਲਸਾ ਜਿਹੜੇ ਸਾਡੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਕੈਂਡੀਡੇਟ ਨੇ, ਉਹਨਾਂ ਨੂੰ ਲੈ ਕੇ ਅਸੀਂ ਸੰਗਤ ਤੱਕ ਪਹੁੰਚੇ ਹਾਂ। ਮੈਂ ਇੱਥੇ ਆ ਕੇ ਮੇਰਾ ਮਨ ਬਹੁਤ ਖੁਸ਼ ਹੋਇਆ ਇਸ ਗੱਲ ਨੂੰ ਕਿ ਸੰਗਤਾਂ ਨੇ ਮਾਨ ਸਾਹਿਬ ਦੀ ਇਮਾਨਦਾਰੀ ਅਤੇ ਮਾਨ ਸਾਹਿਬ ਦੀ ਦ੍ਰਿੜਤਾ ਨੂੰ ਇੱਥੇ ਬੜੀ ਦ੍ਰਿੜਤਾ ਦੇ ਨਾਲ ਉਹਨਾਂ ਨੂੰ ਹੁੰਗਾਰਾ ਦਿੱਤਾ। ਪਰਮਿੰਦਰ ਸਿੰਘ ਖਾਲਸਾ ਜੀ ਨੂੰ ਪਰਮਾਤਮਾ ਕਿਰਪਾ ਕਰੂਗਾ ਕਿ ਨਗਰ ਵੱਲੋਂ ਸਾਡਾ ਜਿਹੜਾ ਚੋਣ ਨਿਸ਼ਾਨ ਆ ਸਮੁੰਦਰੀ ਲਿਹਾਜ਼ ਆ ਪਾਣੀ ਵਾਲਾ ਉਹ 'ਤੇ ਮੋਹਰਾਂ ਲਾ ਕੇ ਕਾਮਯਾਬ ਕਰਨਗੇ। ਅਸੀਂ ਸਾਰੇ ਨਗਰ ਦਾ ਤਹਿ ਦਿਲੋਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਧੰਨਵਾਦ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਸਤਿ ਸ਼੍ਰੀ ਅਕਾਲ।